ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਕਿ 3-4 ਦਿਨ ਪਹਿਲਾਂ ਪੁਲਵਾਮਾ 'ਚ ਅਟੈਕ ਹੋਇਆ, ਤੁਸੀਂ ਕੀ ਸੋਚਦੇ ਹੋ ਕਿ ਉਹ ਕਿੱਦਾਂ ਹੋਇਆ ਜਾਂ ਕਿੰਨੇ ਕਰਵਾਇਆ? ਦੇਖੋ, ਜੇ ਮੈਂ ਆਪਣੇ ਦਿਮਾਗ ਦੀ ਗੱਲ ਕਰਾਂ ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਇਹ ਇੰਡੀਆ ਦੇ ਵੱਲੋਂ ਹੀ ਹੋਇਆ ਸਾਰਾ ਕੁਝ। ਸਿਰਫ ਤੇ ਸਿਰਫ ਕਰਤਾਰਪੁਰ ਲਾਂਘਾ ਜਿਹੜਾ ਨਹੀਂ ਖੋਲ੍ਹਣਾ ਸੀ ਮੋਦੀ ਸਰਕਾਰ ਨੇ, ਇਹ ਮੋਦੀ ਨੇ ਖੁਦ ਕਰਵਾਇਆ ਵਾ ਇਹ ਕੰਮ, ਸਾਨੂੰ ਤਾਂ ਇਹੀ ਲੱਗਦਾ। ਇੰਡੀਆ ਨੂੰ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਦੁਬਾਰਾ। ਠੀਕ ਹੈ, ਕਿਸੇ ਨਾ ਕਿਸੇ ਮੈਂਬਰ ਨੂੰ ਮੀਨਸ ਤੁਸੀਂ ਜਾਂਦੇ ਨੌਕਰੀ ਦੇਵੇ, ਨੌਕਰੀ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ, ਜਿਹੜਾ ਬੇਟਾ ਬੱਚਾ ਛੋਟਾ ਵਾ ਉਹਦੀ ਜਨਾਨੀ ਨੂੰ ਨੌਕਰੀ ਦਿੱਤੀ ਜਾਵੇ। ਠੀਕ ਹੈ, ਇਹ ਜ਼ਰੂਰੀ ਹੈ, ਉਹਨਾਂ ਨੂੰ ਰੁਜ਼ਗਾਰ ਚੱਲ ਸਕੇ, ਰੋਟੀ ਚੱਲ ਸਕੇ ਪਰਿਵਾਰ ਦੀ। ਉਹਨਾਂ ਦਾ ਕਸੂਰ ਕੀ? ਬੇਕਸੂਰ ਮਾਰੇ ਗਏ ਆ, ਸਾਡੀ ਰੱਖਿਆ ਕਰਨ ਦੇ ਵਾਸਤੇ ਸ਼ਹੀਦ ਹੋਏ ਨੇ, ਉਹ ਆਪਣੇ ਪਰਸਨਲ ਦੇ ਸ਼ਹੀਦ ਨਹੀਂ ਹੋਏ ਭਾਅ ਜੀ। ਹੈਲੋ ਗਾਈਜ਼, ਕੀ ਹਾਲ ਚਾਲ ਸਾਰਿਆਂ ਦਾ, ਮੈਂ ਤੁਹਾਡਾ ਆਪਣਾ ਮਹਿਕ ਅਤੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ। ਨਵੀਂ ਵੀਡੀਓ ਨਹੀਂ ਸੀ ਬਣਾਉਣਾ ਚਾਹੁੰਦਾ ਬਿਕੋਜ਼ ਬਹੁਤ ਮਾੜਾ ਹੋਇਆ 3-4 ਦਿਨ ਦੇ ਵਿੱਚ ਵਿੱਚ, ਮੈਂ ਆਪਣੀ 2-3 ਵੀਡੀਓਜ਼ ਵੀ ਇਸ ਕਰਕੇ ਕੈਂਸਲ ਕੀਤੀਆਂ ਬਿਕੋਜ਼ ਪੁਲਵਾਮਾ ਵਿੱਚ ਜੋ ਵੀ ਅਟੈਕ ਹੋਇਆ ਬਹੁਤ ਮਾੜਾ ਸੀ, ਅਤੇ ਮੈਨੂੰ ਲੋਕਾਂ ਨੇ ਕਾਫੀ ਕਿਹਾ ਕਿ ਯਾਰ ਪਲੀਜ਼ ਉਹ 'ਤੇ ਲੋਕਾਂ ਦੇ ਰਿਵਿਊਜ਼ ਲੈ ਕੇ ਆਓ। ਸੋ ਮੈਂ ਨਵੀਂ ਵੀਡੀਓ ਵਿੱਚ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਹੈ, ਲੋਕਾਂ ਦੇ ਰਿਵਿਊਜ਼ ਲਿੱਤੇ ਆ, ਤੁਹਾਨੂੰ ਕਿੱਦਾਂ ਦੀ ਲੱਗੇਗੀ ਪਲੀਜ਼ ਕਮੈਂਟ ਜ਼ਰੂਰ ਕਰਿਓ, ਔਰ ਤੁਹਾਡੇ ਰਿਵਿਊਜ਼ ਕੀ ਆ ਕਮੈਂਟ ਕਰ ਦਿਓ, ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਗਾਈਜ਼। ਜੀ, ਆਪਣੀ ਸਾਰਿਆਂ ਦੀ ਵੱਖ ਵੱਖ ਸੋਚਣੀ ਹੈ ਜੀ, ਅਤੇ ਬਾਕੀ ਮੇਨ ਜਿਹੜਾ ਕੰਮ ਆ ਜੀ, ਸਾਨੂੰ ਲੱਗਦਾ ਸਰਕਾਰਾਂ ਦੀਆਂ ਸਾਰੀਆਂ ਚਾਲਾਂ, ਅਤੇ ਉਹਨਾਂ ਦੀ ਵਜ੍ਹਾ ਨਾਲ ਹੀ ਸਾਰਾ ਕੁਝ ਹੁੰਦਾ। ਜੇ ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ, ਜੇ ਉਹ ਇੱਕ ਜੇ ਉਹ ਨੋਟਬੰਦੀ ਕਰ ਸਕਦੀ ਨਾ, ਤਾਂ ਮੈਨੂੰ ਲੱਗਦਾ ਕੁਛ ਵੀ ਕਰ ਸਕਦੀ ਹੈ। ਜੇ ਉਹ ਪਾਕਿਸਤਾਨ 'ਚ ਜਾ ਕੇ ਉਹ ਸਰਜੀਕਲ ਸਟ੍ਰਾਈਕ ਜਾਂ ਜੋ ਵੀ ਹੋਇਆ ਸੀ ਉਹ ਹੈਲੀਕਾਪਟਰ 'ਤੇ, ਜੇ ਉਹ ਕਰ ਸਕਦੀ, ਹਰ ਕੋਈ ਕਰ ਸਕਦੀ, ਉਹ ਇੱਕ ਦਿਨ ਵਿੱਚ ਇਹ ਚੀਜ਼ ਦਾ ਖੁਲਾਸਾ ਕਰ ਸਕਦੀ ਵੀ ਕਿੰਨਾ ਕੀਤਾ ਕਿੰਨਾ ਨਹੀਂ ਕੀਤਾ। ਬਿਲਕੁਲ ਸਹੀ। ਕੀ ਸੋਚਦੇ ਹੋ ਕਿ ਯਾਰ ਕਿੰਨੇ ਕਰਵਾਇਆ, ਕਿਸ ਤਰ੍ਹਾਂ ਹੋਇਆ, ਕੀ ਹੋਣਾ ਚਾਹੀਦਾ ਸੀ ਜਾਂ ਕੀ ਸਿਸਟਮ? ਦੇਖੋ, ਜੋ ਹੁਣ ਵਾਪਰ ਗਿਆ ਭਾਜੀ, ਉਹਨੂੰ ਵਾਪਸ ਆਪਾਂ ਰਿਵਾਈਂਡ ਨਹੀਂ ਕਰ ਸਕਦੇ। ਓਕੇ, ਜੋ ਹੋ ਗਿਆ ਇਸ ਚੀਜ਼ ਵਾਸਤੇ ਸਾਡੀਆਂ ਸਰਕਾਰਾਂ, ਸਾਡੀ ਇੰਟੈਲੀਜੈਂਸ ਬਿਊਰੋ ਸਾਡੇ ਤੋਂ ਕਹੀਂ ਬਿਹਤਰ ਜ਼ਿਆਦਾ ਸੋਚਦੀਆਂ ਨੇ। ਓਕੇ, ਜੇ ਤੁਸੀਂ ਮੇਰੀ ਪਰਸਨਲ ਓਪੀਨੀਅਨ ਲਓ, ਤਾਂ ਮੈਨੂੰ ਲੱਗਦਾ ਕਿ ਸਾਡੀਆਂ ਸਰਕਾਰਾਂ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਦੇ ਆਰ ਅਕਾਊਂਟੇਬਲ, ਹੈ ਨਾ, ਉਹਨਾਂ ਦੀ ਜਵਾਬਦੇਹੀ ਹੈ ਕਿ ਜੋ ਹੋਇਆ ਉਹ ਕਿਉਂ ਹੋਇਆ ਅਤੇ ਕਿੱਦਾਂ ਹੋਇਆ। ਠੀਕ ਹੈ, ਦੂਸਰੀ ਚੀਜ਼ ਜੇ ਜਵਾਬ ਦੇਣ ਦੀ ਜਿੱਥੇ ਗੱਲ ਆਉਂਦੀ ਹੈ, ਤਾਂ ਜ਼ਾਹਿਰ ਜੀ ਗੱਲ ਹੈਗੀ ਆ, ਅਸੀਂ ਜਵਾਬ ਦੇਵਾਂਗੇ, ਪਰ ਨਹੀਂ ਕਰਵਾਇਆ। ਇਹ ਸਾਰਾ ਸਿਆਸੀ ਕੰਮ ਆ, ਜਿੱਦਾਂ ਸਰਕਾਰਾਂ ਸਾਰੀਆਂ ਤੁਹਾਨੂੰ ਪਤਾ ਰਲੀਆਂ ਹੁੰਦੀਆਂ ਵਿੱਚ, ਉਹਨਾਂ ਨੂੰ ਪਤਾ ਵਾ ਵੀ ਬੰਦੇ ਕਿਹੜੇ ਹੈਗੇ ਆ, ਕਿਹੜੇ ਜਿਹੜੇ ਨਾਲ ਰਲੇ ਜਿਨ੍ਹਾਂ ਨੇ ਬਾਰਡਰ ਪਾਰ ਕਰਾਇਆ, ਕਿਉਂਕਿ ਇਹ ਕੋਈ ਮਾਮੂਲੀ ਜੀ ਗੱਲ ਤਾਂ ਹੈ ਨਹੀਂ, 1-2 ਕਿਲੋ ਕੋਈ ਚੀਜ਼ ਨਹੀਂ, ਕੋਈ 300 ਕੁਇੰਟਲ ਹੈਗਾ ਸੀ ਅਸਲ ਆ, ਜਿਹੜਾ ਬਰੂਦ ਸੀ ਜਿਹਨੂੰ ਕਹਿ ਸਕਦੇ ਹਾਂ ਆਪਾਂ, ਉਹ ਜਿਹੜਾ ਲਿਆਇਆ ਗਿਆ ਗੱਡੀ ਦੇ ਵਿੱਚ ਪਾਇਆ ਗਿਆ, ਉਹ ਮਾੜੀ ਮੋਟੀ ਇਹ ਥੋੜ੍ਹੀ ਵਿੱਚ ਸੂਈ ਜੀ ਥੋੜ੍ਹੀ ਜਿਹੜੀ ਜੇਬ 'ਚ ਪਾ ਲੈ ਆਉਣੀ, ਅਕਸਰ ਕੋਈ ਬੰਦਾ ਰਲਿਆ ਉਹਨੂੰ ਨਾਲ ਲੈ ਗਿਆ ਫਿਰ ਹੀ ਆ। ਬਿਲਕੁਲ, ਮਤਲਬ ਕਿ ਅਸੀਂ ਜਿਵੇਂ ਹੁਣ ਨਿਊਜ਼ ਵੀ ਦੇਖ ਰਹੇ ਹਾਂ, ਸਾਰੇ ਜਿਹੜੇ ਨਿਊਜ਼ ਰਿਪੋਰਟਰਸ ਨੇ ਉਹ ਕੀ ਕਹਿ ਰਹੇ ਆ, ਉਹ ਕਹਿ ਰਹੇ ਜੀ ਪਾਕਿਸਤਾਨ ਕਰਵਾ ਰਿਹਾ, ਪਾਕਿਸਤਾਨ ਕਰਵਾ ਰਿਹਾ, ਤੁਹਾਨੂੰ ਕੀ ਲੱਗਦਾ? ਦੇਖੋ, ਹੁਣੇ ਹੁਣ ਤੋਂ ਮੇਰੇ ਖਿਆਲ ਨਾਲ ਇੱਕ 1.5 ਘੰਟਾ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ ਲਾਈਵ ਹੋਏ ਸਨ, ਅਤੇ ABP ਸਾਂਝਾ 'ਤੇ ਇੱਕ ਕਟਿੰਗ ਚੱਲੀ ਉਹਨਾਂ ਦੀ ਕਿ ਦੇਖੋ ਇਮਰਾਨ ਖਾਨ ਕਹਿ ਰਹੇ ਨੇ ਕਿ ਅਸੀਂ ਇੱਟ ਦਾ ਜਵਾਬ ਪੱਥਰ ਨਾ ਦੇਵਾਂਗੇ, ਕਿ ਅਸੀਂ ਜੇ ਕੋਈ ਹਮਲਾ ਕਰੇਗਾ ਤਾਂ ਅਸੀਂ ਤਾਂ ਜਵਾਬ ਦੇਵਾਂਗੇ, ਜੇ ਤੁਸੀਂ ਕਿਸੇ ਦੇ ਘਰ 'ਤੇ ਹਮਲਾ ਕਰੋਗੇ ਤਾਂ ਜਵਾਬ ਤਾਂ ਕੋਈ ਵੀ ਦੇਗਾ, ਸਾਡੇ ਘਰ ਬੰਦੇ ਪੈਣਗੇ ਅਸੀਂ ਜਵਾਬ ਦੇਵਾਂਗੇ। ਪਰ ਉਸ ਤੋਂ ਇਲਾਵਾ ਇਮਰਾਨ ਖਾਨ ਨੇ ਹੋਰ ਵੀ ਬੜੀਆਂ ਗੱਲਾਂ ਕਹੀਆਂ ਜਿਹੜੀਆਂ ਕਿ ABP ਸਾਂਝਾ ਵਾਲਿਆਂ ਨੇ ਨਹੀਂ ਪਤਾ ਦਿਖਾ ਰਹੇ। ਇਹੋ ਹੀ ਨਿਊਜ਼ ਦਾ ਕੰਮ ਹੀ ਇਹੋ ਹੀ ਆ ਕਿ ਜਿਹੜੀ ਅੱਛੀ ਆ ਉਹਨੂੰ ਨਹੀਂ ਦਿਖਾਉਂਦੇ, ਬੁਰੀ ਨੂੰ ਹਮੇਸ਼ਾ ਦਿਖਾਉਂਦੇ, ਕਿਉਂਕਿ ਉਹ ਇਮਰਾਨ ਖਾਨ ਜੀ ਕਹਿ ਰਹੇ ਨੇ ਕਿ ਜੇ ਕੋਈ ਤੁਹਾਡੇ ਕੋਲ ਪਰੂਫ ਆ ਤਾਂ ਮੈਨੂੰ ਦੱਸੋ, ਜੇ ਕੋਈ ਸਾਡਾ ਬੰਦਾ ਤਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਲਿਆ ਕੇ, ਕੋਈ ਪਰੂਫ ਤਾਂ ਦਿਓ। ਪਰ ਅਸੀਂ ਉਹ ਚੀਜ਼ ਦਿਖਾਉਣ ਦੇ, ਮੀਡੀਆ ਸਾਰਾ ਵਿਕਿਆ ਹੋਇਆ ਵਾ ਭਾਅ ਜੀ, ਸਾਰਾ ਕੁਝ ਤਾਂ ਇਹਨਾਂ ਨੇ ਪੈਸੇ ਦੇ ਕੇ ਸੁੱਟਿਆ ਹੋਇਆ ਇਹਨਾਂ ਨੂੰ ਆਪਣੇ ਹੱਕ ਵਿੱਚ। ਬਿਲਕੁਲ ਸਹੀ। ਜਿਵੇਂ ਹੁਣ ਕਿੰਨੇ ਹੀ ਫੌਜੀ ਸ਼ਹੀਦ ਹੋਇਆ, 40 ਤੋਂ ਵੱਧ ਫੌਜੀ ਸ਼ਹੀਦ ਹੋ ਗਏ ਨੇ, ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਉਹਨਾਂ ਨੂੰ, ਉਹਨਾਂ ਦੇ ਪਰਿਵਾਰ ਨੂੰ ਕੀ ਸਹੂਲਤ ਪ੍ਰੋਵਾਈਡ ਕਰੇ? ਦੇਖੋ, ਜੋ ਬੇਸਿਕ ਨੀਡ ਹੁੰਦੀਆਂ ਨੇ, ਮਤਲਬ ਅਸੀਂ ਸਾਰੇ, ਮੈਨੂੰ ਲੱਗਦਾ ਕਿ ਕਿਸੇ ਨੇਤਾ ਦੇ ਵੀ ਘਰ ਦੇ ਕਿਸੇ ਫੌਜ ਵਿੱਚ ਹੋਣਗੇ, ਹਨ ਜ਼ਰੂਰ, ਹੈ ਨਾ, ਸਾਰੀ ਮਿਡਲ ਕਲਾਸ ਫੈਮਿਲੀ ਤੋਂ ਜਾਂਦੇ ਨੇ, ਦੇਸ਼ ਦੀ ਸੇਵਾ ਕਰਦੇ ਨੇ, ਜੋ ਬੇਸਿਕ ਨੀਡਸ ਹੈਗੀਆਂ ਨੇ, ਕਾਫੀ ਸਾਰੇ ਲੋਕ ਅੱਗੇ ਵੀ ਆਏ ਨੇ ਮਦਦ ਦੇਣ ਵਾਸਤੇ। ਹਾਂ, ਕਾਫੀ ਲੋਕ ਚੈਰਿਟੀ ਕਰ ਰਹੇ ਨੇ, ਪੇਟੀਐਮ ਤੇ ਵੀ ਚੈਰਿਟੀ ਹੋ ਰਹੀ ਆ, ਯੂਨੀਵਰਸਿਟੀਆਂ ਆਈਆਂ ਨੇ ਕਿ ਲਾਈਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੈਗੀ ਆ, ਉਹਨਾਂ ਨੇ ਵੀ ਕਿਹਾ ਕਿ ਅਸੀਂ ਫਰੀ ਐਜੂਕੇਸ਼ਨ ਦੇਵਾਂਗੇ ਉਹਨਾਂ ਦੇ ਬੱਚਿਆਂ ਨੂੰ। ਕਾਫੀ ਸਾਰੇ ਸੈਲਿਬ੍ਰਿਟੀਜ਼ ਹੈਗੇ ਨੇ, ਕਾਫੀ ਸਾਰੇ ਕ੍ਰਿਕਟਰ ਹੈਗੇ ਨੇ ਜਿਨ੍ਹਾਂ ਨੇ ਹੱਥ ਅੱਗੇ ਵਧਾਇਆ, ਜਿਵੇਂ ਕਿ ਹੁਣ ਬਾਲੀਵੁੱਡ ਦੇ ਵਿੱਚ ਲੈ ਲਓ, ਗੌਤਮ ਗੰਭੀਰ ਨੇ ਕਈ ਉਹਨਾਂ ਦੇ ਚਿਲਡਰਨਸ ਵਾਸਤੇ ਲਿੱਤਾ, ਕਾਫੀ ਸਾਰੇ ਲੋਕਾਂ ਨੇ ਹੱਥ ਅੱਗੇ ਕੀਤਾ। ਬਾਕੀ ਜੋ ਬੇਸਿਕ ਨੀਡਸ ਹੈਗੀਆਂ ਨੇ, ਇੰਡੀਆ ਨੂੰ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਦੁਬਾਰਾ। ਠੀਕ ਹੈ, ਕਿਸੇ ਨਾ ਕਿਸੇ ਮੈਂਬਰ ਨੂੰ ਮੀਨਸ ਤੁਸੀਂ ਜਾਂਦੇ ਨੌਕਰੀ ਦੇਵੇ, ਨੌਕਰੀ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ, ਜਿਹੜਾ ਬੇਟਾ ਬੱਚਾ ਛੋਟਾ ਵਾ ਉਹਦੀ ਜਨਾਨੀ ਨੂੰ ਨੌਕਰੀ ਦਿੱਤੀ ਜਾਵੇ। ਠੀਕ ਹੈ, ਇਹ ਜ਼ਰੂਰੀ ਹੈ, ਉਹਨਾਂ ਨੂੰ ਰੁਜ਼ਗਾਰ ਚੱਲ ਸਕੇ, ਰੋਟੀ ਚੱਲ ਸਕੇ ਪਰਿਵਾਰ ਦੀ।
ਉਹਨਾਂ ਦਾ ਕਸੂਰ ਕੀ ਬੇਕਸੂਰ ਮਾਰੇ ਗਏ ਆ, ਸਾਡੀ ਰੱਖਿਆ ਕਰਨ ਦਾ ਵਾਸਤੇ ਸ਼ਹੀਦ ਹੋਏ ਨੇ, ਉਹ ਆਪਣੇ ਪਰਸਨਲ ਦੇ ਸ਼ਹੀਦ ਨਹੀਂ ਹੋਏ ਭਾਅ ਜੀ। ਹਾਂਜੀ ਹਾਂਜੀ, ਸੋ ਤੁਸੀਂ ਕੀ ਚਾਹੁੰਦੇ ਅੰਕਲ ਜੀ ਨੇ ਸੇਮ ਇਹ ਕੁਸ਼ਚਨ? ਮੈਂ ਤਾਂ ਇਹੋ ਚਾਹੁੰਦਾ ਵੀ ਇੱਕ ਤਾਂ ਉਹਨਾਂ ਦਾ ਹੱਕ ਜਿਹੜਾ ਨਾ ਉਹਨਾਂ ਨੂੰ ਮਿਲਣਾ ਚਾਹੀਦਾ ਵਾ, ਦੂਜੇ ਨੰਬਰ 'ਤੇ ਇਹ ਗੱਲ ਹੈਗੀ ਹੈ ਵੀ ਕਿਉਂ ਆਮ ਬੰਦੇ ਮਰਦੇ ਨੇ। ਹਾਂ ਸਹੀ ਗੱਲ, ਕਿਉਂ ਫੌਜੀ ਜਿਹੜੇ ਨੇ ਉਹ ਨਾਲੇ ਕਹਿੰਦੇ ਨੇ ਵੀ ਫੌਜ 'ਚ ਭਰਤੀ ਘੱਟ ਹੋਣ ਡਈ ਹੈ, ਦੁਨੀਆ ਘੱਟ ਜਾਂਦੀ ਪਈ ਹੈ, ਕਿਉਂ ਫੌਜੀ ਜਾਣ ਸਿਰਫ ਮਰਨ ਵਾਸਤੇ? ਸਹੀ ਗੱਲ ਹੈ, ਫਿਰ ਮਰਨ ਵਾਸਤੇ ਥੋੜ੍ਹੀ ਜਾਣ ਮੌਤ 'ਤੇ ਮੈਨੂੰ ਨਹੀਂ ਪਤਾ ਵੀ ਮੇਰੀ ਹੁਣੇ ਭਾਈ ਇੱਥੇ ਆ ਜੇ, ਇਹਨਾਂ ਦੀ ਆ ਜੇ, ਤੁਹਾਡੀ ਆ ਜੇ, ਕਿਸੇ ਦੀ ਕਿੱਥੇ ਆਉਣੀ ਹੈ, ਬੱਸ ਥੱਲੇ ਆ ਕੇ ਮਰਦੇ ਲੋਕ। ਬਿਲਕੁਲ ਸਹੀ ਗੱਲ, ਪਰ ਜਦੋਂ ਅਸੀਂ ਇੱਕ ਬੰਦੇ ਨੂੰ ਆਈ ਥਿੰਕ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਸੀ ਆਰ ਪੀ ਐੱਫ ਸੀ ਸ਼ਾਇਦ ਜਿਹੜੇ ਸ਼ਹੀਦ, ਹਾਂਜੀ ਹਾਂਜੀ ਸੀ ਆਰ ਪੀ ਐੱਫ, ਉਹਨਾਂ ਨੂੰ ਗੌਰਮੈਂਟ ਵੱਲੋਂ ਕੋਈ ਬਹੁਤ ਜ਼ਿਆਦਾ ਸਹੂਲਤ ਨਹੀਂ ਹੈਗੀ ਕਿ ਜਿਵੇਂ ਉਹਨਾਂ ਦੇ ਪਰਿਵਾਰ ਨੂੰ ਜੋ ਸਾਰੀਆਂ ਫੈਸਿਲਿਟੀਆਂ ਇੱਕ ਬੀ ਐੱਸ ਐੱਫ ਨੂੰ ਮਿਲਦੀਆਂ ਨੇ ਜਾਂ ਕਿਸੇ ਹੋਰ ਫੌਜ ਨੂੰ ਮਿਲਦੀਆਂ ਨੇ, ਈਵਨ ਉਹ ਵੀ ਇੱਕ ਮਤਲਬ ਸਾਡੇ ਪ੍ਰੋਟੈਕਸ਼ਨ ਦਾ ਹਿੱਸਾ ਨੇ, ਆਈ ਥਿੰਕ ਸਾਰੀਆਂ ਸਹੂਲਤਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜੋ ਇੱਕ ਬੀ ਐੱਸ ਐੱਫ ਦੇ ਜਵਾਨ ਨੂੰ ਜਾਂ ਕਿਸੇ ਵੀ ਇੱਕ ਆਮ ਫੌਜੀ ਨੂੰ ਮਿਲਦੀਆਂ, ਸਾਰੀਆਂ ਸਹੂਲਤਾਂ ਉਹਨਾਂ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਮਿਲਣੀਆਂ ਚਾਹੀਦੀਆਂ ਨੇ। ਹਾਲੇ ਤੱਕ ਇਹ ਦੇਖਿਆ ਗਿਆ ਕਿ ਪੰਜਾਬ 'ਚੋਂ ਜਾਂ ਇੰਡੀਆ 'ਚੋਂ ਕਾਫੀ ਲੋਕ ਨੇ ਜਿਹੜੇ ਡੋਨੇਟ ਕਰ ਰਹੇ ਨੇ, ਜਿਵੇਂ ਸਟਾਰਸ ਦੀ ਗੱਲ ਕਰੀਏ ਕਾਫੀ ਮਨੀ ਡੋਨੇਟ ਕਰ ਰਹੇ ਨੇ, ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਸਟੈਪ ਨਹੀਂ ਲੱਗ ਰਿਹਾ ਜੇ ਕਿ ਉਹ ਪਰਿਵਾਰ ਵਾਸਤੇ ਕੋਈ ਸਪੈਸ਼ਲਿਸਟ ਥਿੰਗਸ ਕਰ ਰਹੇ ਹੋਣ? ਨਹੀਂ, ਗੌਰਮੈਂਟ ਨੇ ਸ਼ਾਇਦ ਅਨਾਊਂਸਮੈਂਟ ਕੀਤੀਆਂ ਨੇ, ਪਰ ਆਮ ਤੌਰ 'ਤੇ ਆਪਾਂ ਦੇਖੀਏ ਕਿ ਉਹ ਅਨਾਊਂਸਮੈਂਟ ਸਿਰਫ ਅਨਾਊਂਸਮੈਂਟ ਜੋਗੀਆਂ ਰਹਿ ਜਾਂਦੀਆਂ ਨੇ। ਹਾਂ, ਉਹ ਗੱਲ ਤਾਂ ਇਹ ਬਣਦੀ ਹੈ ਕਿ ਅਗਰ ਅੱਜ ਅਨਾਊਂਸਮੈਂਟ ਹੋਈ ਹੈ ਤਾਂ ਅੱਜ ਦੇ ਅੱਜ ਉਹਨਾਂ ਨੂੰ ਉਹ ਚੀਜ਼ ਦੀ ਫੈਸਿਲਿਟੀ ਮਿਲੇ, ਹੈ ਨਾ। ਅਨਾਊਂਸਮੈਂਟ ਹੋ ਕੇ ਵੀ ਆਈ ਥਿੰਕ ਪ੍ਰੂਫ ਤਾਂ ਇਹ ਹੈ ਕਿ ਗੌਰਮੈਂਟ ਨੇ ਅਗਰ ਕੋਈ ਅਨਾਊਂਸਮੈਂਟ ਕੀਤੀ ਆ ਤਾਂ ਉਹਦਾ ਕੱਲ੍ਹ ਨੂੰ 10-15 ਦਿਨ ਬਾਅਦ, ਹਫ਼ਤੇ ਬਾਅਦ, ਮਹੀਨੇ ਬਾਅਦ ਕੋਈ ਪ੍ਰੂਫ ਦੇ ਦੇਣ ਕਿ ਹਾਂ ਇਹ ਐਕਚੁਅਲ ਦੇ ਵਿੱਚ ਅਸੀਂ ਸਹਾਇਤਾ ਉਹਨਾਂ ਨੂੰ ਪਹੁੰਚਾ ਦਿੱਤੀ ਹੈ। ਬਸ ਕਿ ਜਿਹੜੇ ਤੁਸੀਂ ਕੀ ਸਲਿਊਸ਼ਨ ਦੇਣਾ ਚਾਹੋਗੇ ਕਿ ਗਵਰਨਮੈਂਟ ਕੀ ਸਟੈਪ ਚੁੱਕੇ, ਜਿਵੇਂ ਸਾਰੇ ਨਿਊਜ਼ ਵਾਲੇ ਕਹਿ ਰਹੇ ਆ ਸਰਜੀਕਲ ਸਟ੍ਰਾਈਕ ਕਰੋ, ਤੁਸੀਂ ਕੀ ਚਾਹੁੰਦੇ ਹੋ ਕਿ ਹੋਣਾ ਚਾਹੀਦਾ? ਸਰ ਵੇਖੋ, ਮੇਰਾ ਸੋਚਣੀ ਇਹ ਆ ਵੀ ਜਿੱਦਾਂ ਹੁਣ ਉਹਨਾਂ ਬੰਦੇ ਸਾਡੇ ਮਾਰੇ ਆਣ ਕੇ, ਹੁਣ ਸਾਡੇ ਜਿਹੜੇ ਵੀ ਆਪਾਂ ਕੁਛ ਨਾ ਐਕਸ਼ਨ ਚੁੱਕਿਆ, ਉਹ ਫਿਰ ਕਰਨਗੇ ਕੁਛ। ਕੱਲ੍ਹ ਦੇ ਖ਼ਬਰ ਦੇ ਵਿੱਚ 4 ਜਣੇ ਹੋਰ ਮਾਰਤੇ ਉਹਨਾਂ ਨੇ, ਠੀਕ ਹੈ, ਅਤੇ ਕੋਈ ਹੋਰ ਜੇ ਕੋਈ ਸਰਕਾਰ ਨਹੀਂ ਐਕਸ਼ਨ ਲੈਂਦੀ ਤਾਂ ਫਿਰ ਫੌਜ ਨੂੰ ਉਹਨਾਂ ਦੀ ਡਿਊਟੀ ਕਰਨ ਦਿੱਤੀ ਜਾਵੇ। ਬਿਲਕੁਲ ਸਹੀ, ਬਿਲਕੁਲ ਸਹੀ, ਮਤਲਬ ਕਿ ਉਹਨਾਂ ਨੂੰ ਚਾਹੀਦਾ ਕੁਛ ਨਾ ਕੁਛ ਸਲਿਊਸ਼ਨ ਕੱਢਣ ਤਾਂ ਕਿ ਅੱਗੇ ਤੋਂ ਇੱਦਾਂ ਦੀ ਪ੍ਰੋਬਲਮਸ ਨਾ ਆਉਣ। ਵੇਖੋ ਜੀ, ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਸਟਰੋਂਗਲੀ ਐਕਸ਼ਨ ਲਵੇ, ਇਹਦਾ ਜੰਗ ਲਾਉਣੀ ਚਾਹੀਦੀ, ਇਹਨੂੰ ਪਾਕਿਸਤਾਨ 'ਤੇ ਹਮਲਾ ਬੋਲਣਾ ਚਾਹੀਦਾ, ਫਿਰ ਹੀ ਹਾਲਾਤ ਠੀਕ ਹੋਣੇ, ਉੱਦਾਂ ਨਹੀਂ ਹੋਣੇ। ਠੀਕ ਆ, ਮੇਨ ਹੈ ਜੀ ਕਿ ਜੰਗ ਹੀ ਹੀਲ ਹੋ ਸਕਦੀ, ਹੋ ਰਹੀ ਜੰਗ, ਮੇਨ ਜੰਗ ਹੋਣੀ ਚਾਹੀਦੀ। ਇੱਕ ਵਾਰੀ ਆਰ ਪਾਰ ਦੀ ਲੜਾਈ ਹੋਵੇ, ਰੋਜ਼ ਦੀ ਤਮਾਸ਼ਬੀਆਂ ਮਾੜੀਆਂ, ਮੈਂ ਫਲਾਣੇ ਫਲਾਣੇ ਦੇਸ਼ 'ਚ ਘੁੰਮਾਂ ਕੀ ਲੈ ਆਇਆ ਤਾਂ ਕੀ, ਸਾਡਾ ਭਾਰਤ ਜੋ ਥਾਂ ਜਾ ਰਿਹਾ ਵਾ, ਦਿਨੋ ਦਿਨ ਡਾਊਨ ਜਾ ਰਿਹਾ। ਬਿਲਕੁਲ ਸਰ, ਹੈ ਨਹੀਂ ਇੱਥੇ ਲੋਕ ਬੇਰੁਜ਼ਗਾਰੀ ਦਾ ਮਰਨ ਦੇ ਨੇ ਭੁੱਖੇ, ਪੜ੍ਹੇ ਲਿਖੇ ਜਿਹੜੇ ਉਹ ਦਿਹਾੜੀਆਂ ਲਾਉਂਦੇ, ਆਟੋ ਚਲਾਉਂਦੇ ਨੇ ਇੱਥੇ, ਇਹ ਹਾਲਾਤ ਨੇ ਇੱਥੇ ਦੇਸ਼ ਦੇ ਸਾਡੇ, ਅਤੇ ਮੋਦੀ ਸੈਰਾਂ ਕਰਕੇ ਆ ਗਿਆ ਸਾਰੇ ਪੰਜਾਬ ਦੀਆਂ ਅਤੇ ਹਿੰਦੁਸਤਾਨ ਦੀਆਂ, ਕੰਨ ਕਿਤੇ ਹੋਇਆ? ਚੁੱਕਣ ਤਾਂ ਚੁੱਕਣਾ ਤਾਂ ਬਾਅਦ ਦੀ ਗੱਲ ਆ, ਪਹਿਲਾਂ ਤਾਂ ਲੋਕਾਂ ਦੇ ਸਾਹਮਣੇ ਸੱਚ ਹੋਣਾ ਚਾਹੀਦਾ, ਜਿਹੜਾ ਕਿ ਅਜੇ ਤੱਕ ਆਉਂਦਾ ਹੀ ਨਹੀਂ। ਹੁੰਦਾ ਕੁਛ ਆ, ਦਿਖਾਉਂਦੇ ਕੁਝ ਨੇ, ਇਹੀ ਕੁਝ 1984 ਵਿੱਚ ਹੋਇਆ ਸੀ ਸਾਡੇ ਨਾਲ, ਸਰਕਾਰ ਮੰਨਦੀ ਆ ਕਿ 2500 ਸਿੱਖ ਮਰੇ ਨੇ, ਪਰ ਕੀ ਗਿਣਤੀ ਜਿਹੜੀ ਵੀ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ, ਪਰ ਅੱਜ ਦੀ ਡੇਟ ਤੱਕ ਉਹਨਾਂ ਦਾ ਕਾਤਲ ਅੱਜ ਲੱਭਾ ਕੇ ਸਾਨੂੰ 34 ਜੇਲ੍ਹ ਹੋਈ ਆ, ਉਹ ਵੀ ਇੱਕ ਬੰਦਾ, ਇੱਕ ਬੰਦਾ, ਅਤੇ ਸੱਚਾਈ ਤਾਂ ਸਾਹਮਣੇ ਆਉਂਦੀ ਨਹੀਂ ਕਦੀ ਵੀ। ਹੁਣ ਕਸ਼ਮੀਰ ਦੇ ਵਿੱਚ ਵੀ ਉੱਥੋਂ ਦੇ ਜਿਹੜੇ ਹੈਗੇ ਨੇ ਮੁਸਲਿਮ ਫੈਮਲੀਜ਼, ਉਹਨਾਂ ਦੇ ਘਰ ਸਾੜਦੇ ਨੇ, ਉਹਨਾਂ ਦੀ ਗੱਡੀਆਂ ਪਲਟਾਉਂਦੇ ਪਏ ਨੇ। ਕੱਲ੍ਹ ਫੇਸਬੁੱਕ 'ਤੇ ਅਸੀਂ ਦੇਖ ਰਹੇ ਸਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਸਟੂਡੈਂਟ ਪੜ੍ਹਨ ਦੇ ਨੇ, ਉਹਨਾਂ 'ਤੇ ਨਜਾਇਜ਼ ਹੀ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ, ਐਲੀਗੇਸ਼ਨਸ ਲੱਗ ਰਹੇ ਨੇ ਉਹਨਾਂ ਦੇ, ਉਹ ਵਿਚਾਰੇ ਗੁਰਦੁਆਰੇ ਦੇ ਵਿੱਚ ਆ ਕੇ ਸ਼ਰਨ ਲੈ ਰਹੇ ਨੇ। ਸੋ ਅਸਲ ਵਿੱਚ ਸੱਚਾਈ ਲੋਕਾਂ ਨੂੰ ਸਮਝਣੀ ਚਾਹੀਦੀ ਆ, ਲੋਕ ਸਮਝਦੇ ਨਹੀਂ। ਅਸੀਂ ਉਹ ਦੇਖਦੇ ਹਾਂ ਜੋ ਸਾਨੂੰ ਦਿਖਾਇਆ ਜਾਂਦਾ ਵਾ, ਅਸੀਂ ਲੱਭਣ ਦੀ ਕੋਸ਼ਿਸ਼ ਨਹੀਂ ਕਰਦੇ, ਸਾਨੂੰ ਸੱਚ ਲੱਭਣਾ ਪੈਣਾ ਵਾ। ਅਤੇ ਸਰਕਾਰ ਨੂੰ ਅਸੀਂ, ਵੇਖੋ ਸਰਕਾਰ ਨੂੰ ਅਸੀਂ ਜਵਾਬ ਦੇ ਸਕਦੇ ਆਪਣੀ ਵੋਟ ਦੇ ਨਾਲ। ਸੋ ਅਸੀਂ, ਮੈਂ ਤਾਂ ਨਹੀਂ ਅਪੀਲ ਕਰਾਂਗਾ ਕਿ ਵੋਟ ਇਹਨੂੰ ਪਾਓ ਜਾਂ ਇਹਨੂੰ ਪਾਓ, ਪਰ ਜਿਹਨੂੰ ਵੀ ਪਾਓ ਸੋਚ ਸਮਝ ਕੇ ਪਾਓ, ਬਹੁਤ ਕੀਮਤੀ ਆ ਵੋਟ ਜਿਹੜੀ ਵੀ ਤੁਸੀਂ ਪਾਉਣੀ ਹੈ, ਕਿਸੇ ਨੂੰ ਵਧੀਆ ਬੰਦੇ ਨੂੰ ਪਾਓ ਤਾਂ ਕਿ ਸਾਡਾ ਦੇਸ਼ ਨੂੰ ਕੁਛ ਨਾ ਕੁਛ ਉਹ ਸੁਧਾਰ ਕੇ ਦੇਵੇ। ਸੋ ਥੈਂਕ ਯੂ, ਤੁਸੀਂ ਆਪਣੇ ਰਿਵਿਊਜ਼ ਦਿੱਤੇ ਨੇ, ਬਹੁਤ ਬਹੁਤ ਥੈਂਕ ਯੂ। ਹਾਂਜੀ ਗਾਈਜ਼, ਇਹ ਸੀ ਅੱਜ ਦੇ ਰਿਵਿਊਜ਼, ਅਗਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ, ਤੁਹਾਡੇ ਕੋਲ ਕੋਈ ਰਿਵਿਊਜ਼ ਨੇ ਕਮੈਂਟ ਜ਼ਰੂਰ ਕਰ ਦਿਓ, ਅਤੇ ਹਾਂ ਮੇਰੇ ਲਈ ਕੋਈ ਸਜੈਸ਼ਨਸ ਹੋਣ ਨਵੀਂ ਵੀਡੀਓਜ਼ ਲਈ, ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਲਓ ਅਤੇ ਮੈਨੂੰ ਨਿਊ ਸਜੈਸ਼ਨਸ ਦਿਓ, ਮੈਂ ਨਿਊ ਵੀਡੀਓਜ਼ ਜ਼ਰੂਰ ਲੈ ਕੇ ਆਊਂਗਾ। ਥੈਂਕ ਯੂ।